ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਂ ਜੀ, ਹਾਂਜੀ, ਮੇਰਾ ਨਾਂ ਚਰਨਦਾਸ ਹੈ। ਤੇ ਪਿਤਾ ਦਾ? ਪਿਤਾ ਜੀ ਦਾ ਬਾਰੂ ਰਾਮ। ਬਾਰੂ ਰਾਮ। ਤੇ ਆ ਕਿਹੜਾ ਪਿੰਡ ਜਿੱਥੇ ਬੈਠੇ ਹੋ? ਪਿੰਡ ਕਿਹੜਾ ਹੈ? ਪਿੰਡ ਫਤਨ ਕਾਕਾ ਜੀ। ਠੀਕ ਹੈ। ਇਹਦੀ ਤਹਿਸੀਲ? ਹਾਂਜੀ, ਤਹਿਸੀਲ ਇਹਦੀ ਜ਼ਿਲ੍ਹਾ। ਤਹਿਸੀਲ? ਤਹਿਸੀਲ ਹੋਇਆ। ਜ਼ਿਲ੍ਹਾ? ਜ਼ਿਲ੍ਹਾ ਹੁਸ਼ਿਆਰਪੁਰ। ਠੀਕ ਹੈ। ਜਦੋਂ ਪਾਕਿਸਤਾਨ ਬਣਿਆ ਤੁਹਾਡੀ ਉਮਰ ਕਿੰਨੀ ਸੀ? ਜਦੋਂ ਪਾਕਿਸਤਾਨ ਬਣਿਆ ਤੁਹਾਡੀ ਉਮਰ ਕਿੰਨੀ ਸੀ? ਜਦੋਂ ਪਾਕਿਸਤਾਨ ਬਣਿਆ, ਹਾਂ ਹਾਂ, ਉਦੋਂ ਇਹ ਤਹਿਸੀਲ ਸੀ। ਤੁਹਾਡੀ ਉਮਰ ਕਿੰਨੀ ਸੀ ਉਦੋਂ? ਹੈਂ? ਉਮਰ? ਉਦੋਂ ਮੇਰੀ ਉਮਰ 11-12 ਸਾਲ ਦੀ ਹੋਊਗੀ। ਸੰਭਾਲ ਹੈ ਪੂਰੀ ਉਦੋਂ ਦੀ? ਹੈਂ? ਸੰਭਾਲ ਹੈ ਪੂਰੀ? ਜਦੋਂ ਪਾਕਿਸਤਾਨ ਬਣਿਆ ਉਦੋਂ ਦੀ ਸੰਭਾਲ ਹੈ? ਹਾਂ, ਮੈਨੂੰ ਹੋਸ਼ ਪਾ ਪੂਰੀ ਹੈ। ਪੂਰੀ ਹੋਸ਼ ਹੈ? ਹਾਂ। ਠੀਕ ਹੈ। ਤੇ ਇੱਥੇ ਡੋਗਰ ਮੁਸਲਮਾਨ ਰਹਿੰਦੇ ਸਨ? ਹਾਂ, ਇੱਥੇ ਮੁਸਲਮਾਨ ਡੋਗਰ ਸੀ। ਡੋਗਰ ਸਨ? ਤੇ ਡੋਗਰਾਂ ਚ ਕਿਹੜਾ ਮਸ਼ਹੂਰ ਸੀ? ਹੈਂ? ਮਸ਼ਹੂਰ ਕਿਹੜਾ ਬੰਦਾ ਸੀ ਡੋਗਰਾਂ ਚ? ਡੋਗਰਾਂ ਚ ਵੱਡਾ ਕੌਣ ਸੀ? ਹਾਂ ਹਾਂ, ਵੱਡਾ ਕਿਹੜਾ ਹੋਣਾ? ਜ਼ਿਆਦਾ ਜ਼ਮੀਨ ਭਾਂਡੇ ਵਾਲਾ, ਜਿਹਦਾ ਜ਼ਿਆਦਾ ਜ਼ਮੀਨ ਭਾਂਡੇ ਵਾਲਾ, ਵੱਡਾ ਅਮੀਰ। ਮੈਂ ਗੱਲ ਸਮਝ ਗਿਆ ਕੀ ਮਤਲਬ। ਵੱਡਾ ਬੰਦਾ ਅਮੀਰ, ਜਿਹਦੀ ਗੱਲਬਾਤ ਸੀ ਆਸੇ ਪਾਸੇ, ਚੌਧਰੀ, ਲੰਬੜਦਾਰ ਚੌਧਰੀ। ਉਹ ਸਾਰੇ ਆਪਣੇ ਆਪਣੇ ਸਾਈਂ ਸਨ, ਚੌਧਰੀ ਸੀਗੇ। ਲੰਬੜਦਾਰ ਕੌਣ ਸੀ? ਲੰਬੜ ਉਸ ਪੱਤੀ ਆ ਨਾ, ਇਹ ਫਤਨ ਚੱਕ ਪੱਤੀ ਆ, ਪਿੰਡ ਨਹੀਂ। ਅੱਛਾ, ਚੱਕ ਮਿਲਿਆ ਪੱਤੀ, ਚੱਕ ਮਿਲੀ ਫਤਨ ਚੱਕ। ਹਾਂ, ਪੱਤੀ ਪਿੰਡ ਦਾ ਨਾਂ ਤਾਂ ਹੈਗਾ ਚੱਕ ਮੇਰਾ, ਤੇ ਅਸੀਂ ਜਿਹੜੇ ਪੱਤੀ ਫਤਨ ਚੱਕ ਚ ਰਹਿੰਦੇ ਹਾਂ, ਤੇ ਚੱਕ ਮੇਰੇ ਵੀ ਆ। ਇਹ ਫਤਨ ਚੱਕ ਪਿੰਡ ਦਾ ਨਾਂ ਕਿਵੇਂ ਪਿਆ ਸੀ? ਹੈਂ? ਪਿੰਡ ਦਾ ਨਾਂ ਫਤਨ ਚੱਕ ਕਿਵੇਂ ਪਿਆ ਸੀ? ਫਤੂ ਸੀ ਕੋਈ? ਫਤਨ ਚੱਕ ਇੱਥੇ ਦਾ ਮਤਲਬ ਫਤਿਹ, ਕੋਈ ਮੁਸਲਮਾਨ ਹੋਊ, ਫਤਿਹ ਮੁਹੰਮਦ। ਹਾਂ, ਉੱਥੇ ਮੇਰ ਸੀਗੇ, ਮੇਰ ਜਾਂ ਰਾਈ ਸੀਗੇ, ਉਹ ਰਾਈਆਂ ਦੇ ਹਸਬੈਂਡ ਸੀਗਾ। ਹਾਂ, ਚੱਕ ਮੇਰਾ। ਹਾਂ, ਚੱਕ ਮੇਰਾ। ਠੀਕ ਹੈ। ਤੇ ਇਹ ਡੋਗਰ ਸਨ? ਡੋਗਰਾਂ ਦਾ। ਠੀਕ ਹੈ। ਤੇ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਇਹਦੇ ਆਲੇ ਦੁਆਲੇ ਪਿੰਡ, ਇਹਦੇ ਆਲੇ ਦੁਆਲੇ ਪਿੰਡ ਸ੍ਰੀਪੁਰ, ਹਾਂਜੀ, ਭੱਠੀ ਦਾ ਪਿੰਡ, ਸਾਗਰਾਂ। ਅੱਛਾ, ਹੋਰ? ਅੱਜ ਲੋਟੇ, ਚੰਨੀਦਾਸ। ਹੋਰ ਜਿਹੜੇ ਮੁੰਡੇ ਸਨ ਮੁਸਲਮਾਨਾਂ ਦੇ, ਕੋਈ ਨਾਂ ਚੇਤੇ ਨੇ? ਹੋਰ ਨਾਮ ਨੀ ਚੇਤੇ ਆ। ਹਾਂ, ਦੱਸੋ। ਉਸ ਪਿੰਡ ਦਾ ਚੌਧਰੀ ਅਬਦੁਲ ਗਨੀ ਹੁੰਦਾ ਸੀ। ਅੱਛਾ, ਤੇ ਲੰਬੜਦਾਰ ਦੀਨਾ, ਦੀਨਾ 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 ਸੀ ਉਹਦਾ ਨਾਂ, ਦੀਨਾ। ਉਹ ਪਰਲੇ ਪਿੰਡ ਜਿਹੜਾ ਹੈ ਫਤ ਮੇਰਾ ਚੱਕ ਮੇਰਾ, ਉਹਦਾ ਸਿਵਾ ਬਖਸ਼ੀਸ਼। ਬਖਸ਼ੀ? ਠੀਕ ਹੈ। ਹੋਰ? ਤੇ ਉਦੋਂ ਜ਼ਮੀਨ ਕਿਹੋ ਜਿਹੀ ਸੀ? ਪਾਣੀ ਲੱਗਦਾ ਸੀ ਇੱਥੇ ਜ਼ਮੀਨ? ਹੈਂ? ਜ਼ਮੀਨ ਨੂੰ ਪਾਣੀ ਲੱਗਦਾ ਸੀ? ਜ਼ਮੀਨ ਪਾਣੀ ਨਹੀਂ ਸੀ ਲੱਗਦਾ ਸੀ। ਹਲਟਾਂ ਹੁਲਟਾਂ ਗਾਂ ਆਪਣੀ ਸਬਜ਼ੀ ਸੁਬਜ਼ੀ ਵਗੈਰਾ ਬੀਜਦੇ ਸੀ, ਕੱਚੀਆਂ ਖੂਹੀਆਂ ਕੱਢੀਆਂ ਹੁੰਦੀਆਂ ਸੀ, ਉਹਨਾਂ ਨਾਲ ਸਬਜ਼ੀ ਸੁਬਜ਼ੀ ਉਹਨਾਂ ਨੇ ਲਾਉਣੀ, ਆਪਣਾ ਗੁਜ਼ਾਰਾ ਕਰਨਾ। ਤੇ ਹਲਟ ਕਿਸ ਪਾਸੇ ਸਨ? ਹੈਂ? ਹਲਟ ਕਿਸ ਪਾਸੇ ਸਨ? ਹਲਟ ਕਿੱਦਾਂ ਸੀ?
हल्ट केड़े केड़ा सी ना चेते उन्हों का जिन्हों का हल्ट सी नहीं मेरे कहे मंदिर उनको पूछा की है मैं कहा हल्ट किदा सी हल्ट का मालक कौन सी हल्ट है जा हाँ हाँ आखू हल्ट हल्ट ने मालक जा यह लवाए सी सारे सी अच्छा साढ़े पिंड गोत होंगे जखू डोगर के कुछ भी रखो आने डोगर रखू आ पिंड रखू आनाम नवी ए ना सहजे ठीक है खूहियां बहुत सुनिया तो हान दे मुंडे तो ना चेते है छोटा मुंडा हान दा हां हान दा मुंडा ना चेते है कोई नहीं स्कूल गए सी स्कूल स्कूल गए सी हैं स्कूल गए सी हां किथे किथे पढ़ गए सी हां हां स्कूल 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 आ ना नहीं हुंदा मीरपुर सी वीरपुर सी वीरपुर भी डोगरा का पिंड सी ओ स्कूल उथे स्कूल गए सी पढ़न ते मास्टर दा ना चेते है मास्टर हां मास्टर दा ना चेते है हां की सी उथे दा अब्दुल गनी बहुत मशहूर मास्टर सी अच्छा जेड़े मुंडे पढ़दे सन ते ना चेते उहनां चो जो पढ़दे सी हां हां उस वेले काफी मुंडिया ना चेते मैं हाँ बोल दो फतेह मोहम्मद अली बख्श शरीफ दीवान वाह जी वाह फतेह मोहम्मद ठीक है ठीक है ठीक है ठीक है पढ़ जाता सी एस पिंड का केड़ा मुंडा पढ़ता सी मुसलमान जी पढ़ते सी हां हां ना बोल दो एक जना शरीफ सी एक जना सदा अब्दुल रफीक ठीक अच्छा मसीत है सी पिंड च हैं मसीत मसीत हैगी है जी हैगी सी हैगी सी ढाक देती है गुरुद्वारा बन गया उत्थे हां ठीक है ते पिंड च खूह किस पासे सी हाँ जी खूह पीने वाले पानी का किहड़े पासे सी खूह पीने वाले पानी का पिंड च पिंड के लेवे पासे बड़ा रैन बेदी बिच सी खूह बड़ा भारी सी आए राज द्वार हाँ खूह लगे सी ठीक है जिते पानी पूनी हर टाइम लाउंदे सी शहर केड़ा पैंदा सी हां शहर शहर दसुआई दसुआ जाते कच्चा सी राह हैं राह कच्चा ही सी सड़क सड़क भी हुई है कच्ची सी कच्ची पक्की कोई नहीं अच्छा जो पाकिस्तान बने रौले पे तो इतने हमला होया सी पिंड ते आए नान बन लग रहे तुसी बन होंगे कठे हो गए लोग चल जाए थे जब एक पता लगा भी इतो निकलना है होना होना फिर इतो चल गए अच्छा फिर हमला हमला थे की होना सका जी हमला कोई नहीं होया कोई ऐसा लड़ाई पढ़ाई कोई नहीं हुई पिंड च नहीं लड़ाई पढ़ाई किसी ना नहीं हुई कोई अग लाई घर नहीं अग लाओ आए तो देखे सजाए दुआ
कोठिया जाने कर लाए लुट खो भी कपड़े कुपड़े गए पुराने पुराने चल अपना काम किया ठीक है कोई कतल नहीं होया है? मरिया नहीं कोई भी नहीं कोई छड़ के आया उन्होंने कैंप से आपे चल गए छड़ के आए थोड़े पिंड के बंदे वो आपे चल गए कोई छड़न नहीं गया हां बाद च आए दाने दुने लेन कैंप चो उठो तो आंदे रहे ए भी जांदे रहे मैं भी आपे से प्रेम भाव थी ओ आंदे जांदे रहे फिर उन्होंने आप क्या था भाई जब एक दिन मार नहीं लग पाए तो फिर कुछ कोई नहीं किया भाई ना कोई गया पहला आंदे रहे ने तुहाडे पिंड कौन कौन जांदा हुंदा सी उहनां नूं मिलण हैं तुहाडे पिंड कौन कौन जांदा सी उहनां नूं मिलण साडे पिंडों मैं चल गया चल जाते पुराने बुढ़िया पुराने ना लै दो पुराने बजुर्ग ना लवान हां हां लो जी मैं लाइना ना सारिया लै लो माशियां दे बिचों सिवा मुंशी पीरो खुशिया शहरा तो सिवा महंगा सुंदर धर्मा आता तो सिगे लब्बू खुशिया बारू ना ठीक है ठीक हो गया अच्छा थोड़े तो पिता जी की काम करते सी थोड़े तो पिता जी काम की करते सी उदो काम हां हां काम आ खेती बाड़ी सी हो की सी काम इतनी केड़े मुसलमानों ने खेती करन दे नाल काम हैं ਕਿਹੜੇ ਮੁਸਲਮਾਨ ਦੇ ਨਾਲ ਜਾਂਦੇ ਸੀ ਕੰਮ ਕਰਾਉਣ ਸੇਪੀ ਚ ਨੰਬਰਦਾਰ ਦੇ ਨਾਲ ਨੰਬਰਦਾਰ ਤਾਂ ਇੱਥੇ ਦਾ ਜਿਹੜਾ ਸੀ ਉੱਥੇ ਪਿੰਡ ਜਿਹੜਾ ਨੀ ਕੰਮ ਕਿਹਦੇ ਨਾਲ ਕਰਾਉਂਦੇ ਸੀ ਹੱਥ ਕਿਹਦੀ ਕਿਹਦੀ ਪੈਲੀ ਵਾਹੁੰਦੇ ਕੰਮ ਖੇਤੀਬਾੜੀ ਹੋਰ ਕੀ ਕੰਮ ਕਰਾਉਣਾ ਆਪਣੀ ਆਪਣੀ ਖੇਤੀਬਾੜੀ ਹਾਂ ਕਿਉਂ ਮੁਸਲਮਾਨਾਂ ਦੀ मीरपुर जो पढ़े पंजवी तक अगे कि पढ़े अगो कि पढ़े फिर असी हां हां अगे मीरपुर उस तो अगे फिर दसूंगे फिर चल गया ਉਥੇ ਨਾਲ ਹੀ ਖਾਲਸਾ ਸਕੂਲ ਬਾਅਦ ਚ ਬਣਿਆ ਹਾਂਜੀ ਪਹਿਲੇ ਡੀ ਏ ਵੀ ਸਕੂਲ ਸਿਵਾ ਮੁਜ਼ਾ ਦਸੂਏ ਦਾ ਬਲਗੜਾਂ ਲੱਗ ਗਏ ਹੈ ਠੀਕ ਹੈ ਤੇ ਬਲਗੜਾਂ ਚ ਤੁਹਾਨੂੰ ਮਾਸਟਰ ਕਿਹੜੇ ਕਿਹੜੇ ਪੜਾਉਂਦਾ ਸੀ ਹੈਂ ਮਾਸਟਰ ਕਿਹੜੇ ਕਿਹੜੇ ਪੜਾਉਂਦਾ ਸੀ ਬਲਗੜਾਂ ਉਥੇ ਹੈਡ ਮਾਸਟਰ ਜਰਨਲ ਦਾ ਉਹ ਤੋਂ ਬਾਅਦ ਕਈ ਦਾ ਨਾਂ ਸੀ ਮੈਂ ਕਿਹੜੇ ਕਿਹੜੇ ਦੱਸਾਂ ਗੇਂਦਾ ਮਾਸਟਰ ਹੁੰਦਾ ਸੀ ਇੱਕ ਹੈ ਗੇਂਦਾ ਮਾਸਟਰ ਗੇਂਦਾ ਮਾਸਟਰ ਜ਼ਮੀਨਾਂ ਦਾ ਗੇਂਦਾ ਉਹ ਜ਼ਮੀਨ ਤੇ ਹੀ ਸੀ ਹਾਂ ਡੀਪੀ ਇੱਕ ਉਹ ਸੀ ਠੀਕ ਹੈ ਉਹ ਥੇ ਉਹ ਪੜਾਉਂਦਾ ਸੀ ਉਹ ਡਰਾਇੰਗ ਮਾਸਟਰ ਸੀ ਹਾਂ ਗੇਂਦਾ ਰਾਮ ਠੀਕ ਹੈ ਕਿੰਨੀਆਂ ਪੜ੍ਹੇ ਹੋ ਤੁਸੀਂ ਮੈਂ ਉਹਨੂੰ अठ पढ़ के पटवारी लग गए फिर हाँ
ਕਿੱਥੇ ਕੀਤਾ ਕੋਰਸ? ਹੈਂ ਕਿੱਥੇ ਕੀਤਾ ਕੋਰਸ? ਫਿਰ ਕੋਰਸ ਮੈਂ ਕੀਤਾ ਸ਼ਸ਼ਰੌਲੀ। ਸ਼ਸ਼ਰੌਲੀ? ਹਾਂ, ਜ਼ਿਲ੍ਹਾ ਅੰਬਾਲਾ। ਅੱਛਾ, ਉੱਥੇ ਕੀਤਾ? ਕਿਹੜੀ ਸੰਤ ਕੀਤਾ? ਮੈਂ ਸਾਰਾ ਬਈ ਯਾਦ ਗੇਟ ਕੀਤਾ ਹੋਊਗਾ। ਯਾਦ ਗੇਟ, ਠੀਕ ਹੈ। ਕਿੰਨੇ ਸਾਲ ਨੌਕਰੀ ਕੀਤੀ ਸੀ ਪਟਵਾਰੀ ਦੀ? 90 साल ਦੇ ਹੋ ਗਏ। ਉਹ 90 ਸਾਲ ਹੋ ਗਈ ਉਮਰ। ਛੱਤੀ ਦਾ ਜਨਮ ਆ ਮੇਰਾ। 32 ਸਾਲ ਹੋ ਗਏ ਨਾ, 32-53। ਅੱਛਾ, ਕੋਈ ਪਾਕਿਸਤਾਨ ਦੁਆਰਾ ਪਿੰਡ ਵੇਖਣ ਆਇਆ ਤੁਹਾਡੀ ਸੰਭਾਲ ਚ? ਬਹੁਤ ਘੱਟ ਆਇਆ। ਕੋਈ ਆਇਆ ਹੋ ਤਾਂ ਮੈਂ ਨਾ ਜਾਣਦਾ ਹੋਊਗਾ। ਅੱਛਾ, ਨਹੀਂ ਆਏ ਮੇਰੇ ਕਹਿਣ ਦਾ ਮਤਲਬ। ਨਾ ਇਹ ਗਏ ਉਧਰ, ਨਾ ਉਧਰ ਆਏ ਤਾਂ ਵੇਖਣ। ਤੇ ਤੁਹਾਡੇ ਪਿੰਡ ਸਹੀ ਸਲਾਮਤ ਕਰ ਗਏ, ਕੋਈ ਨੁਕਸਾਨ ਨੀ ਹੋਇਆ? ਹੈਂ, ਤੁਹਾਡੇ ਪਿੰਡ ਦੇ ਸਹੀ ਸਲਾਮਤ ਚਲੇ ਗਏ, ਕੋਈ ਨੁਕਸਾਨ ਨੀ ਹੋਇਆ? ਨਹੀਂ, ਕੋਈ ਨੁਕਸਾਨ ਨੀ ਹੋਇਆ। ਠੀਕ ਹੈ। ਤੇ ਜਦੋਂ ਉਧਰੋਂ ਆਏ ਪਾਕਿਸਤਾਨੋਂ ਆ ਜੱਟ, ਇਹਨਾਂ ਨਾਲ ਫਿਰ ਸਾਂਝ ਪਿਆੜੀ ਹੋ ਗਈ? ਉਹੋ ਜਿਹੀ ਜਿਹੋ ਜਿਹੀ ਉਹਨਾਂ ਨਾਲ ਸੀ? ਇਹਨਾਂ ਨੂੰ ਕਿਹੜੀ ਕੋਈ ਗੱਲ ਨਹੀਂ? ਮੁਸਲਮਾਨਾਂ ਨੂੰ ਇਹ ਚੰਗੇ ਸਨ ਕਿ ਮੁਸਲਮਾਨ ਚੰਗੇ ਸਨ? ਚੰਗਾ ਬੰਦਾ ਤਾਂ ਆਪਣੀ ਸਰੀਰ ਤੇ ਹੁੰਦਾ। ਮੈਨੂੰ ਕਿਸੇ ਨਾ ਕੋਈ ਪ੍ਰੇਮ ਚੰਗਾ ਉਹਦਾ, ਕਿਸੇ ਨਾ ਕੋਈ ਮਾਡ ਹੁੰਦਾ, ਇਹ ਤਾਂ ਕੁਦਰਤੀ ਦੀ ਗੱਲ ਆ। ਭਾਈਚਾਰਾ ਵਧੀਆ ਸੀ ਉਦੋਂ ਆਪਸ ਚ ਮੁਸਲਮਾਨਾਂ ਨਾਲ ਤੁਹਾਡਾ? ਹਾਂ, ਵਧੀਆ ਸੀ। ਅੱਛਾ, ਇੱਕ ਦੂਜੇ ਜਹਾਂ ਪਿਆਰੀਆਂ ਵਿੱਚ ਸ਼ਾਮਿਲ ਹੁੰਦੇ ਸੀ। ਠੀਕ ਹੈ। ਤੇ ਇਹ ਨਾਲ ਪਿੰਡ ਝੰਗੀ ਸੀ, ਉਹਦੇ ਵਿੱਚੋਂ ਨਿਕਲਿਆ ਸੀ ਝੰਗੀ? ਝੰਗੀ ਵੀ ਇਸ ਪੱਤੀ ਸੀ, ਝੰਗੀ ਵੀ ਪਿੰਡ ਘੜਾ ਸੀ, ਉਹ 4-5 ਘਰ ਸੀ ਮੁਸਲਮਾਨਾਂ ਦੇ। ਹਾਂ, ਇਸੇ ਪਿੰਡ ਦੀ ਪੱਤੀ ਸੀ ਉਹ, ਮੁੜ ਕੇ ਨਹੀਂ ਵਸਿਆ? ਹਾਂ, ਬੇਚਰਾ ਹੋ ਗਿਆ। ਠੀਕ ਹੈ। ਜਿੰਨੀ ਇੱਥੇ ਉੱਥੇ ਲੈਣੀ ਸੀ ਇੱਕ ਜਿਹੜਾ ਵੱਡਾ ਅਲਾਟੀ ਹੋਇਆ, ਨਾਂ ਨੀ ਹੁੰਦਾ, ਸਰਦਾਰ ਉਹਦੀ 5-7 ਜ਼ਮੀਨ ਸੀਗੀ, ਕਾਫੀ ਜ਼ਮੀਨ ਸੀ ਉਹਦੀ। ਜੈਲਦਾਰ ਉਹਨੂੰ ਕਹਿੰਦੇ ਹੁੰਦੇ ਸੀ, ਜੈਲਦਾਰ ਕਰਕੇ ਮਸ਼ਹੂਰ ਸੀਗਾ ਉਹ। ਠੀਕ ਹੈ। ਇਸ ਇਲਾਕੇ ਜੈਲਦਾਰ ਕਿਹਦੇ ਕੋਲ ਸੀ ਮੁਸਲਮਾਨਾਂ ਚ? ਹੈਂ, ਮੁਸਲਮਾਨ ਜੈਲਦਾਰ ਕੌਣ ਸੀ ਇਸ ਇਲਾਕੇ ਦਾ ਉਦੋਂ? ਇਹ ਨਾਂ ਨੀ ਆਉਂਦਾ, ਇਹ ਨਹੀਂ ਚੇਤੇ ਆ ਰਿਹਾ। ਗੱਦਾਂ ਦਾ ਸੀ ਜੀ, ਗੱਦ ਸੁਲਤਾਨ ਦਾ ਸੀ ਜੈਲਦਾਰ। ਹਾਂ, ਗੱਦ ਸੁਲਤਾਨ। ਠੀਕ ਹੈ। ਅੱਛਾ, ਇਹ ਜਿਹੜੀ ਬਨਿਆਲ ਲੜਾਈ ਹੋਈ ਤੁਹਾਨੂੰ ਪਤਾ ਹੈ? ਬਨਿਆਲ ਦਾ ਲੜਾਈ ਹੋਈ ਸੀ ਇੱਥੇ ਵੀ? ਹੈਂ, ਲੜਾਈ ਹੋਈ, ਹਮਲਾ ਹੋਇਆ ਸੀ ਉੱਤੇ ਬਨਿਆਲ ਤੇ? ਬਨਿਆਲ ਦੇ ਨਾਲ ਲੜਾਈ ਵੀ ਕਾਹਦੀ ਹੋਣੀ? ਉੱਥੇ ਬਦਮਾਸ਼ ਸੀਗੇ ਬਹੁਤ, ਉਹਦੇ ਉੱਤੇ ਹਮਲਾ ਹੋਇਆ ਸੀ। ਹਾਂ, 50 ਬੰਦੇ ਮਾਰੇ ਗਏ ਸੀ ਉਦੋਂ। 50? ਹਾਂ, ਅਤਰਾਤ ਨਹੀਂ ਗੱਲ ਦਾ ਪਤਾ। ਹਾਂ, ਨਹੀਂ ਪਤਾ। ਠੀਕ ਹੈ।
ਹੋਰ ਕੋਈ ਪੁਰਾਣੀ ਗੱਲ? ਹੋਰ ਕੋਈ ਪੁਰਾਣੀ ਗੱਲ ਨਹੀਂ। ਠੀਕ ਹੈ।